ਜਦੋਂ ਹਕੂਮਤ ਸਾਨੂੰ ਨੌਕਰੀ ਨਾ ਦੇ ਸੀ, ਸਿਹਤ ਨਾ ਦੇ ਸੀ, ਤਾਲੀਮ ਨਾ ਦੇ ਸੀ, ਅਤੇ ਅਸਤ ਜਿਹੜੇ ਲੋਕ ਇਹਨੂੰ ਕਿਸ ਤਰ੍ਹਾਂ ਜੁਲ ਸਨ, ਫਿਰ ਨਹੀਂ ਆਦਮ ਜੀ ਬੀਕ ਮੰਗਣੇ, ਇਹ ਨਸਲਾਂ ਗਾਣਾ ਕਰਦੇ ਤਾਂ ਅਸੀਂ ਕੀ ਕਰਾਂ ਪੇਟ ਪਾਲਣ ਵਾਸਤੇ? ਅਸੀਂ ਕੋਈ ਬੁਨਿਆਦੀ ਸਹੂਲਤਾਂ ਤੋਂ ਕੋਲ ਮਹਿਰੂਮ ਰੱਖ ਗਏ, ਠੀਕ ਹੈ। ਦੂਈ ਗੱਲ ਇਹ ਮੈਂ ਮੁਤਾਲਬਾ ਹੀ ਕੀਤਾ ਸੀ ਬਈ ਕੋਈ ਸਕਿੱਲ ਦਾ ਪ੍ਰੋਗਰਾਮ ਕਰਨ ਦਾ ਕੋਈ ਸੈਂਟਰ ਬਣਾਵਾਂ ਜਿਸਦੇ ਇਹਨਾਂ ਕੋਲ ਟੈਕਨੀਕਲ ਕੋਈ ਇਹਨਾਂ ਕੋਲ ਟ੍ਰੇਨਿੰਗ ਵਗੈਰਾ ਦਿੱਤੀ ਜੁਲੇ ਕਿ ਆਪਣੀ ਬਿਹਤਰ ਜ਼ਿੰਦਗੀ ਬਣਾ ਸਕਣ, ਇੱਕ ਗੱਲ। ਦੂਈ ਗੱਲ ਜਿਹੜੇ ਅਸੀਂ ਟਰਾਂਸਜੈਂਡਰ ਜਿਹੜੇ ਬਜ਼ੁਰਗ ਹੋ ਜੁਲਦੇ ਉਹ ਕਿਰਾਏ ਦੇ ਮਕਾਨ ਆ ਵੀ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰੋ, ਕਿਰਾਇਆ ਦੇਵੇਨ, ਆਪਣਾ ਪੇਟ ਪਾਲਣ ਜਾਂ ਫਿਰ ਆਪਣੀ ਸਿਹਤ ਦਾ ਖਿਆਲ ਕਰਨ, ਠੀਕ ਹੈ। ਤੀਜਾ ਮਸਲਾ ਇਹ ਆ ਸਾ ਕਿ ਕਮਿਊਨਿਟੀ ਸੈਂਟਰ ਇੱਥੇ ਨਹੀਂ ਹੈ ਜਾਂ ਕੋਈ ਕਿ ਜਿੱਦਾਂ ਅਸੀਂ ਬੈਠ ਕੇ ਆਪਣੇ ਮਸਲੇ ਮਸਾਇਲ ਜੋ ਚੀਜ਼ਾਂ ਹੈ ਜਿੱਥੇ ਅਸੀਂ ਇੱਕ ਜਗ੍ਹਾ ਬੈਠ ਕੇ ਹੱਲ ਕਰਾਂਗਾ। ਸੂਬਾਈ ਹਕੂਮਤ ਕੋਲ ਫਿਰ ਮੁਤਾਲਬੇ ਹੈ ਕਿ ਅਸੀਂ ਜਿਹੜੇ 2 ਕਰੋੜ ਰੁਪਏ ਫੰਡ ਮਨਜ਼ੂਰ ਹੋਇਆ ਸਾ ਉਹ ਕਿੱਥੇ ਕਿੱਥੇ ਲਾਏ, ਠੀਕ ਹੈ। ਕਮਿਊਨਿਟੀ ਮਸਾਇਲ ਜੀਆਂ ਅੱਜ ਤੋਂ 100 ਸਾਲ ਪਹਿਲੇ ਆ ਸੀ, ਹੁਣ ਵੀ ਉਹੀ ਮਸਾਇਲ ਹਨ, ਠੀਕ ਹੈ ਨਾ। ਉਹਨਾਂ ਕੋਈ ਇਲਾਜ ਸਹੂਲਤ ਮੈਸਰ ਤਾਲੀਮ ਹੁੰਦੀਆਂ ਅਧੂਰੀਆਂ ਪਈਆਂ, ਜਿਹੜੇ ਕਮਿਊਨਿਟੀ ਸੈਂਟਰ ਦਾ ਸਾਂ ਹੈ ਤਾਂ ਕੁਛ ਤਾਂ ਕੋਈ ਨਹੀਂ ਕੀਤਾ ਨਾ ਸਰ, ਠੀਕ ਹੈ। ਬਾਕੀ ਇਹ ਹੈ ਕਿ ਸਿਹਤ ਕਾਰਡ ਸਾਨੂੰ ਨਹੀਂ ਦਿੱਤੇ ਗਏ, ਬੇਨਜ਼ਰ ਇਨਕਮ ਸਪੋਰਟ ਦੇ ਪੈਸੇ ਜਿਹੜੇ ਉਹ ਵੀ ਅਸੀਂ ਕਮਿਊਨਿਟੀ ਮੇਂ ਕਿਸੇ ਫਰਦ ਕੋ ਨਹੀਂ ਮਿਲੇ, ਠੀਕ ਹੈ ਨਾ। ਲੋਕਾਂ ਕੋ ਦਿੱਤੇ ਕਿ ਅਸੀਂ ਲੋਕ ਸਿਹਤ ਕਾਰਡ ਦੇ ਹੱਕਦਾਰ ਨਾ, ਅਸੀਂ ਬੇਨਜ਼ਰ ਇਨਕਮ ਸਪੋਰਟ ਪੈਸੇ ਦੇ ਹੱਕਦਾਰ ਨਾ ਸੀ, ਠੀਕ ਹੈ। ਬੁਨਿਆਦੀ ਤੌਰ 'ਤੇ ਹੈਲਥ ਦਾ ਮਸਲੇ, ਰਿਹਾਇਸ਼ ਦਾ ਮਸਲੇ, ਐਜੂਕੇਸ਼ਨ ਦਾ ਮਸਲੇ ਜੀ। ਹਸਪਤਾਲ ਵੀ ਜੁਲਦੇ ਅਤੇ ਮਤਲਬ ਡਾਕਟਰ ਜਿਹੜੇ ਸੀਨੀਅਰ ਡਾਕਟਰ ਨੇ ਉਹ ਤਾਂ ਅੱਛਾ ਰਵੱਈਆ ਪੇਸ਼ ਕਰਦੇ, ਜਿਹੜੇ ਤਲਾ ਕੰਪਾਊਂਡਰ ਜਾਂ ਵਾਰਡਨ ਜਿਹੜੇ ਹੋਣੇ ਨੇ ਉਹਨਾਂ ਦਾ ਰਵੱਈਆ ਠੀਕ ਨਹੀਂ ਹੁੰਦਾ ਉਹਨਾਂ ਨਾਲ, ਠੀਕ ਹੈ ਨਾ। ਪਹਿਲਾਂ ਸਿਕਿਉਰਟੀ ਗਾਰਡ ਬਾਹਰ ਗੇਟ ਵਿੱਚ ਤਾਂ ਉਹੀ ਅਜੀਬ ਕਿਸਮ ਦੀਆਂ ਹਰਕਤਾਂ ਕਰਸੀ ਜਾਂ ਉਹ ਗੱਲਾਂ ਕਰਸੀ, ਬਾਕੀ ਵਾਰਡਨ ਜਿਹੜੇ ਹੋਣੇ ਜਿਹੜੇ ਕੰਪਾਊਂਡਰ ਟਾਈਪ ਚੀਜ਼ ਹੋਣੀਆਂ ਉਹਨਾਂ ਦਾ ਰਵੱਈਆ ਠੀਕ, ਡਾਕਟਰ ਹਜ਼ਰਾਤ ਦਾ ਰਵੱਈਆ ਅੱਛੇ। ਔਰ ਤਾਲੀਮ ਦੇ ਇਹ ਹੈ ਕਿ ਮਤਲਬ ਸਕੂਲਾਂ ਵਿੱਚ ਜਿਹੜੇ ਇਹ ਉਹਨਾਂ ਅਵੇਅਰਨੈਸ ਨਹੀਂ ਕਿ ਟਰਾਂਸ ਨਾਲ ਕਿਸ ਤਰੀਕੇ ਦਾ ਰਵੱਈਆ ਰੱਖਣਾ ਚਾਹੀਦਾ, ਬੱਚੇ ਉਹਨਾਂ ਕੋਲ ਤੰਗ ਕਰਦੇ ਨੇ, ਟੀਚਰ ਉਹਨਾਂ ਕੋਲ ਉਹਨਾਂ ਉਹਨਾਂ ਨਹੀਂ ਅੱਛੇ ਰਹੇ ਬਈ, ਬਿਹੇਵੀਅਰ ਅੱਛਾ ਨਹੀਂ ਹੁੰਦਾ ਕਿ ਬਈ ਇਹ ਤਾਂ ਖੁਸ਼ ਰਹੇ ਇਸ ਨਾਲ ਨਾ ਬੈਠਦੇ, ਜਾਂ ਫਿਰ ਟੀਚਰਸ ਕੋਲ ਨਹੀਂ ਪਤਾ ਕਿਸ ਤਰੀਕੇ ਨਾਲ ਗਾਈਡ ਕਰਨਾ ਚਾਹੀਦਾ ਬੱਚੇ ਕੋਲ ਜਿਹੜਾ ਟਰਾਂਸ। ਤਾਲੀਮਾਂ ਅਧੂਰੀਆਂ ਰਹਿ ਗਈਆਂ ਹੁਣ ਦਾਖਲੇ ਵਿੱਚ, ਤਾਲੀਮਾਂ ਅਧੂਰੀਆਂ ਹੀ ਹੈ ਨਾ ਜੀ, ਜੀ ਹੁਣ ਗ੍ਰਾਮ ਵਿੱਚ ਬੱਚਾ ਪੜ੍ਹਦੇ ਉਹ ਟਰਾਂਸਜੈਂਡਰ ਹੈ, ਸਾਨੂੰ ਕੋਲ ਨਹੀਂ ਪਤਾ ਕਿ ਕਿਹੜੇ ਸਕੂਲ ਵਿੱਚ, ਮਗਰ ਇਹ ਤਾਂ ਸਕੂਲ ਟੀਚਰਸ ਕੋਲ ਚਾਹੀਦੇ ਕਿ ਉਹਨਾਂ ਕੋਲ ਪਤਾ ਚੱਲੇ ਕਿ ਬਈ ਇਸ ਲੜਕੇ ਵਿੱਚ ਥੋੜ੍ਹੀ ਅਲਜੁਲੇ ਜਾਂ ਉਹ ਆਮ ਲੜਕਾਂ ਤੋਂ ਮੁਖਤਲਿਫ ਹੈ, ਤਾਂ ਉਸ ਨਾਲ ਉਸ ਅੱਛਾ ਵਰਤਾਓ ਕਰਨਾ ਚਾਹੀਦਾ ਨਾ ਕਿ ਉਸ ਕੋ ਤਮਸਖਰ ਅਤੇ ਮਜ਼ਾਕ ਅਤੇ ਇਸ ਚੀਜ਼ ਦਾ ਨਿਸ਼ਾਨਾ ਬਣਾਵੇ।